ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ 2021 ਅਕਤੂਬਰ ਨੂੰ ਐਸਬੀਐਲ ਬਵਾਦ ਤੇ ਹੋਵੇਗੀ ਚਰਚਾ ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਦੋ ਦਿਨਾਂ ਇਹ ਸੈਸ਼ਨਾਂ 20 ਅਤੇ 21 ਅਕਤੂਬਰ ਨੂੰ ਸੱਦਿਆ ਗਿਆ ਹੈ ਵਿਰੋਧੀਆਂ ਦੇ ਬਾਦੇ ਵਿਰੋਧ ਦੇ ਵਿਚਾਰ ਇਸ ਵਿੱਚ ਸਤਲਜ ਯਮਨਾ ਲਿੰਕ ਨਹਿਰ ਤੇ ਵਿਸਤਾਰ ਦੇ ਨਾਲ ਚਰਚਾ ਹੋਵੇਗੀ ਬੀਤੇ ਵੱਧ ਵਾਰ ਸੁਪਰੀਮ ਕੋਰਟ ਦੀ ਸਖਤ ਟਿੱਪਣੀ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨਾਂ ਬੁਲਾਉਣ ਦਾ ਐਲਾਨ ਕੀਤਾ ਸੀ ਮਹਕਮਾਂਤਰੀ ਭਗਵੰਤ ਮਾਨ ਨੇ ਇਜਲਾਸ ਬੁਲਾਉਂਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਪਰ ਸਪੀਕਰ ਕੁਲਤਾਰ ਸਿੰਘ ਸੰਧਮਾਨ ਦੇ ਰਾਸ਼ਟਰ ਮੰਡਲ ਮੀਟਿੰਗ ਦੇ ਲਈ ਕਾਨਨ ਦੇ ਵਿੱਚ ਹੋਣ ਦੇ ਕਾਰਨ ਤਰੀਕਾ ਦਾ ਐਲਾਨ ਨਹੀਂ ਕੀਤਾ ਗਿਆ ਸੀ। ਉਹਨਾਂ ਨੇ ਵਾਪਸ ਆਉਣ ਦੇ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਲਈ ਵਿਧਾਨ ਸਭਾ ਸੈਸ਼ਨਾਂ ਬੁਲਾਉਣ ਦੇ ਲਈ ਰਾਜਪਾਲ ਨੂੰ ਪੱਤਰ ਭੇਜਣਾ ਜ਼ਰੂਰੀ ਹੁੰਦਾ ਹੈ। ਪਰਾਲੀ ਸਾੜਨ ਦੇ ਮਾਮਲੇ ਪੰਜਾਬ ਦੇ ਵਿੱਚ 43% ਦੀ ਅਤੇ ਹਰਿਆਣਾ ਦੇ ਵਿੱਚ ਬਧੇ 28% ਦੀ ਦੁਗਣੇ ਦੇ ਵਿੱਚ ਹਵਾ ਹੋਏ ਸਰਕਾਰ ਦੇ ਦਾਅਵੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਰਾਲੀ ਨੂੰ ਆਗ ਲਗਾਉਣ ਦਾ سلسلہ ਜਾਰੀ ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੇਸ ਵਧੇ ਹਨ ਤੇ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਸਭ ਤੋਂ ਅੱਗੇ ਹਨ 15 ਸਤੰਬਰ ਤੋਂ 8 ਅਕਤੂਬਰ ਤੱਕ ਪਰਾਲੀ ਸਾੜਨ ਦੇ 1688 ਮਾਮਲੇ ਸਾਹਮਣੇ ਆਏ ਹਨ ਜਦਕਿ 2022 ਦੇ ਇਸੇ ਮਾਧ ਵਿੱਚ ਸਿਰਫ 887 ਮਾਮਲੇ ਸਾਹਮਣੇ ਆਏ ਸਨ ਹਰਿਆਣਾ ਤੇ ਪੰਜਾਬ ਦੇ ਹੀ ਗੱਲ ਕਰੀਏ ਤਾਂ 15 ਸਤੰਬਰ ਤੋਂ 9 ਅਕਤੂਬਰ ਤੱਕ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਦੇ ਵਿੱਚ 43% ਅਤੇ ਹਰਿਆਣਾ ਵਿੱਚ 28% ਕੇਸ ਵਧੇ ਹਨ ਮੱਧ ਪ੍ਰਦੇਸ਼ ਦੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 98.18% ਦੇ ਮਾਮਲੇ ਵਧੇ ਹਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੁਖਪਾਲ ਖੈਰਾ ਦਾ ਮਿਲਿਆ 2 ਦਿਨ ਦਾ ਰਿਮਾਂਡ ਜੀਹਾਂ ਦੋਸਤੋ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਜarreftaar ਕੀਤੇ ਗਏ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ 14 ਦਿਨਾਂ ਦੀ ਨਿਆਂ ਕਹਰਾਸਤਾ ਖਤਮ ਹੋਣ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਕੱਲ ਮੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਸੁਖਪਾਲ ਖੈਰਾ ਨੂੰ ਮੜ ਤੋਂ 2 ਦਿਨਾਂ ਦੇ ਪੁਲਿਸ ਹਿਰਾਮੰਡ ਦੇ ਭੇਦ ਤਾ ਪੁਲਿਸ ਖੈਰਾ ਨੂੰ ਨਾਬਾ ਤੋਂ ਪ੍ਰੋਡਕਸ਼ਨ ਬਰਾਂਡ ਤੇ ਲੈ ਕੇ ਆਈ ਸੀ ਪੁਲਿਸ ਵੱਲ ਰਵੀਜਨ ਅਪਟੀਸ਼ਨ ਪਾਈ ਗਈ ਸੀ ਇਸ ਦੇ ਨਾਲ ਹੀ ਐਸ ਆਈ ਟੀ ਨੂੰ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਸਬੂਤ ਮਿਲੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਐਸਆਈਟੀ ਨੂੰ ਸਬੂਤ ਆ ਮਿਲੇ ਹਨ ਜੋ ਸੁਖਪਾਲ ਸਿੰਘ ਖਹਿਰਾ ਤੇ ਨਸ਼ਾ ਤਸਕਰ ਗੁਰਦੇਵ ਸਿੰਘ ਦੇ ਸਬੰਧਾਂ ਦਾ ਪਰਦਾਫਾਸ਼ ਕਰਦੇ ਹਨ ਅਗਲੀ ਖਬਰ ਅਧਿਆਪਕਾਂ ਨੇ ਰੈਗੂਲਰ ਕਾਨੂੰ ਲੈ ਕੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਵੱਡੇ ਸੰਘਰਸ਼ ਦਾ ਕੀਤਾ ਐਲਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ 8736 ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੁੱਲ੍ਹ ਦਿੱਤਾ ਦਰਸਲ ਇੱਕ ਤੋਂ ਬਾਅਦ ਲਗਾਤਾਰ ਉਨਾਦਗਾਂ ਮੀਟਿੰਗਾਂ ਮੁੱਖ ਮੰਤਰੀ ਦੇ ਨਾਲ ਰੱਦ ਹੋਣ ਕਰਕੇ ਅਧਿਆਪਕ ਗੁੱਸੇ ਵਿੱਚ ਆ ਕੇ ਅਧਿਆਪਕਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ 14 ਅਕਤੂਬਰ ਨੂੰ ਉਹ ਸਿੱਖਿਆ ਮੰਤਰੀ ਦਾ ਆਨੰਦਪੁਰ ਸਾਹਿਬ ਵਿਖੇ ਘਰਾਓ ਕਰਨਗੇ ਚੰਡੀਗੜ੍ਹ 'ਚ ਅਕਾਲੀ ਦਲ ਦਾ ਪ੍ਰਦਰਸ਼ਨਾਂ ਪੁਲਿਸ ਨੇ ਖਦੇੜਨ ਦੇ ਲਈ ਕੀਤਾ ਪਾਣੀ ਦੀਆਂ ਬਿਛਾੜਾਂ ਜੀ ਹਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਅਕਾਲੀ ਦਲ ਨੇ ਐਸਬੀਐਲ ਦੇ ਮੁੱਦੇ ਤੇ ਕੀਤਾ ਅਤੇ ਮੁੱਖ ਮੰਤਰੀ ਦੀ ਰਿਹਾਈਸ਼ ਦਾ ਘਰਾਓ ਕਰਨ ਦੀ ਵੀ ਕੋਸ਼ਿਸ਼ ਕੀਤੀ ਜਿਹਦੇ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਨਾਲ ਵਿਕਰਮ ਮਜੀਠੀਆ ਤੋਂ ਇਲਾਵਾ ਹੋਰ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਵੀ ਮੌਜੂਦ ਰਹੇ ਇਸ ਦੌਰਾਨ ਸਖਬੀਰਾ ਬਾਦਲ ਨੇ মিডিਆ ਦੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਬਹਿਸ ਦਾ ਚੈਲੰਜ ਦੇ ਕੇ ਖੁਦ ਆ ਪੱਜ ਗਏ ਹਨ ਅਤੇ ਐਸਬੀਐਲ ਦੇ ਮੁੱਦੇ ਤੇ ਉਹਨਾਂ ਨੇ ਕੇਜਰੀਵਾਲ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਉਹਨਾਂ ਨੇ ਇਹ ਵੀ ਕਹਿ ਕੇ ਪੰਜਾਬ ਦੀ ਗੱਲ ਕਰਨ ਵਾਲਿਆਂ ਤੇ ਆਮ ਆਦਮੀ ਪਾਰਟੀ ਤਸ਼ੱਦਦ ਕਰਦੀ ਹੈ ਜ਼ਿਕਰਯੋਗ ਹੈ ਕਿ ਅਕਾਲੀ ਦਲ ਮੁੱਖ ਮੰਤਰੀ ਨਾਲ ਮੁੱਦਿਆਂ ਤੇ ਬਹਿਸ ਕਰਨ ਦੇ ਲਈ ਮੁੱਖ ਮੰਤਰੀ ਦੇ ਰਹਾਏ ਸ਼ਕੂਲ ਪੁਜਿਆ ਸੀ ਇੱਥੇ ਪੁਲਿਸ ਨੇ 99 ਅੱਗੇ ਜਾਣ ਤੋਂ ਰੋਕਿਆ ਤੇ ਜਿਸ ਤੋਂ ਬਾਅਦ ਮਾਹੌਲ ਤਣਾਪੂਰਨ ਹੋ ਗਿਆ। ਆਕਾਲੀ ਵਰਕਰਾਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਪਾਣੀ ਦੀਆਂ ਬਿਛਾੜਾਂ ਵੀ ਕੀਤੀਆਂ ਇਸ ਤੋਂ ਬਾਅਦ ਪੁਲਿਸ ਨੇ ਸੁਖਬੀਰ ਬਾਦਲ ਸਣੇ ਕਈ ਆਕਾਲੀ ਆਗੂਨ ਹਰਾਸਤ ਵਿੱਚ ਲੈ ਲਿਆ ਤੇ ਸੁਖਬੀਰ ਬਾਦਲ ਨੇ ਦੋਸ਼ ਲਾਉਂਦੇ ਕਿ ਆ ਕੇ ਮੁੱਖ ਮੰਤਰੀ ਮਾਨ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹਨ। ਅਗਲੀ ਖਬਰ 12 ਅਕਤੂਬਰ ਨੂੰ ਬਹਿਵਲ ਕਲਾ ਇਨਸਾਫ਼ ਮੋਰਚੇ ਦੇ ਵੱਲੋਂ ਸ਼ੁਰੂ ਕੀਤਾ ਜਾਣ ਵਾਲਾ ਮਾਰਨ ਵਰਤਾ ਹੋਇਆ ਮਲਤਬਈ। ਤਾਂ دوستੋ ਬੇਯਾਦਬੀ ਮਾਮਲਿਆਂ ਦੇ ਇਨਸਾਫ ਦੇ ਲਈ ਲੱਗੇ ਬਹਿਵਲ ਕਲਾ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਬੜਾ ਦੇ ਬੋਲੇ ਲਗਾਤਾਰ 8 ਸਾਲਾਂ ਤੋਂ ਇਨਸਾਫ ਨਾ ਮਿਲਣ ਤੋਂ ਦੁਖੀ ਮਾਰਨਾ ਭਾਰਤ ਤੇ 12 ਅਕਤੂਬਰ ਤੋਂ ਬੈਠਣ ਦੇ ਕੀਤੇ ਐਲਾਨ ਦੇ ਕੱਲ ਪ੍ਰੋਗਰਾਮ ਮਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਪ੍ਰਸ਼ਾਸਨ ਦੇ ਸਾਹ ਦੇ ਵਿੱਚ ਸਾ ਆਇਆ ਬੇਸ਼ੱਕ ਸੁਖਰਾਜ ਸਿੰਘ ਨਿਆਮੀ ਬੜਾ ਦੇ ਅਖਤ ਫੈਸਲੇ ਤੋਂ ਸੇਖ ਚਿੰਤਕਾਂ ਪੰਥਕਾਂ ਵਿਦਵਾਨਾਂ ਤੇ ਫਾਂਟਾ ਦਰਦੇਵੇ ਚਿੰਤਾਤ ਹਨ ਪਰ ਕੱਲ ਬਬਲ ਕਲਾ ਗੁਲੀकांड ਮਾਨੋਰੀ ਜਾਂਚਕਾਰੀ ਐਸਆਈਟੀ ਤੋਂ ਬਲੋ ਚਲਾਨ ਰਿਪੋਰਟ ਹੈ ਜਲਦ ਦਾ ਪੇਸ਼ ਕਰਨ ਦੇ ਦਿੱਤੇ ਵਿਸ਼ਵਾਸ ਤੋਂ ਬਾਅਦ ਸੁਖਰਾਜ ਸਿੰਘ ਨੇ ਮਰਨ ਵਰਤ ਤੇ ਬੈਠਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਬਦਲਿਆ ਮੌਸਮ ਦਾ ਮਜਾਜ ਜਾਂ ਮਹੀਨੇ ਕਰਾਇਆ ਠੰਡ ਦਾ ਅਹਿਸਾਸ ਜਨੂੰ ਅੱਗੇ ਦੇ ਮੌਸਮ ਦਾ ਹਾਲ ਹਰਿਆਣਾ-ਪਾਂਗ ਪੰਜਾਬ ਦੇ ਵਿੱਚ ਵੀ ਮੌਸਮਾਂ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲਿਆ। ਬੀਤੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ। ਜਿਸ ਦੇ ਕਾਰਨ ਮੌਸਮ ਦਾ ਮિજાਜ ਬਦਲ ਗਿਆ। ਹਲਕੀ ਬਰਸਾਤ ਦੇ ਕਾਰਨ ਠੰਡ ਮਹਿਸੂਸ ਹੋਣ ਲੱਗੀ ਹੈ। ਇਸ ਦੇ ਨਾਲ ਹੀ ਅੱਜ ਤੋਂ ਮੌਸਮਾਂ ਫਿਰ ਤੋਂ ਬਦਲ ਜਾਵੇਗਾ। ਚੰਡੀਗੜ੍ਹ ਮੌਸਮਾਂ ਵਿਭਾਗ ਦੀ ਪੁਵੈਖਬਣੀ ਦੇ ਮੁਤਾਬਕ 10 ਤੋਂ ਲੈ ਕੇ 13 ਅਕਤੂਬਰ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ 14 ਤੇ 15 ਅਕਤੂਬਰ ਨੂੰ ਮੌੜਾ ਮੌਸਮ ਦੇ ਵਿੱਚ ਆ ਬਦਲਾ ਹੋਵੇਗਾ ਆ ਰਿਹਾ ਨਵਾਂ ਕਾਨੂੰਨ ਮਾਪਿਆਂ ਦੀ ਦੇਖਪਾਲ ਨਾ ਕਰਨ ਵਾਲੇ ਬੱਚੇ ਜਾਇਦਾਦ ਵਿੱਚੋਂ ਹਣਗੇ ਬੇਦਖਲ ਤਾਂ ਦੋਸਤੋ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਬਜ਼ੁਰਗ ਮਾਤਾ ਪਿਤਾ ਤੇ ਦੇਖਪਾਲ ਨੂੰ ਲੈ ਕੇ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ ਐਸਾ ਕਾਨੂੰਨ ਦੇ ਮੁਤਾਬਕ ਜੇਕਰ ਬੱਚੇ ਆਪਣੇ ਮਾਪਿਆਂ ਦੀ ਦੇਖਪਾਲ ਨਹੀਂ ਕਰਦੇ ਤਾਂ ਉਹਨਾਂ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਜਾਵੇਗਾ ਇਸ ਦੀ ਜ਼ਿੰਮੇਵਾਰੀ ਐਸਡੀਐਮ ਕੋਲ ਹੋਵੇਗੀ ਮੰਗਲਵਾਰ ਸ਼ਾਮ ਨੂੰ ਹੌਣ ਵਾਲੇ ਕੈਬਨੇਟ ਮੀਟਿੰਗ ਦੇ ਵਿੱਚ ਮੇਨਟੇਨੈਂਸ ਐਂਡ ਵੈਲਫੇਅਰ ਆਫ ਸੀਨੀਅਰ ਸਿਟੀਜ਼ਨਾਂ ਰੂਲਜ਼ 2014 ਨੇ ਵਿੱਚ ਸੋਧਾ ਪ੍ਰਸਤਾਵਕ ਕੀਤਾ ਜਾ ਸਕਦਾ ਹੈ ਸੋਧਾ ਪ੍ਰਸਤਾਵ ਮੁਤਾਬਕ ਐਸ ਡੀ ਐਮ ਦੇ ਪ੍ਰਧਾਨਗੀ ਹੇਠ ਗਠਿਤ ਟ੍ਰਿਬਿਊਨਲ ਦੇ ਕੋਲ ਉਹਨਾਂ ਬੱਚਿਆਂ ਦੇ ਬੇਦਖਲਾ ਕਰਨ ਦਾ ਅਧਿਕਾਰ ਹੋਵੇਗਾ ਜੋ ਕਿ ਆਪਣੇ ਮਾਪਿਆਂ ਦੇ ਦੇਖਪਾਲ ਨਹੀਂ ਕਰਦੇ ਹਨ ਐਸ ਡੀ ਐਮ ਦੀ ਜ਼ਿੰਮੇਵਾਰੀ ਉਹਨਾਂ ਬੱਚਿਆਂ ਨੂੰ ਜਾਇਦਾਦ ਤੋਂ ਬੇਦਖਲ ਕਰਨ ਦੀ ਨਿਯਮ ਨੂੰ ਲਾਗੂ ਕਰਨ ਦੀ ਹੋਵੇਗੀ ਜੋ ਕਿ ਆਪਣੇ ਮਾਪਿਆਂ ਦੇ ਦੇਖਪਾਲ ਨਹੀਂ ਕਰਦੇ ਹਨ ਐਸ ਡੀ ਐਮ ਦੇ ਅਗਵਾਈ ਦੇ ਹੇਠਾ ਗਠਾ ਤਾਂ ਏਜੰਸੀ ਦੇ ਵਿੱਚ ਆ ਫੈਸਲੇ ਵਿਰੁੱਧ ਅਪੀਲ ਕਰਨ ਦਾ ਵੀ ਪ੍ਰਬੰਧ ਹੋਵੇਗਾ ਜੇਕਰ ਸ਼ਿਕਾਇਤ ਮਿਲਦੀ ਹੈ ਤੇ ਸਹੀ ਪਾਈ ਜਾਂਦੀ ਹੈ ਤਾਂ ਬੱਚਿਆਂ ਨੂੰ 30 ਦਿਨਾਂ ਦੇ ਅੰਦਰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਜਾਵੇਗਾ ਪੰਜਾਬ ਨੂੰ ਡੀਪੀਰ ਸਪਲਾਈ ਦੇ ਵਿੱਚ ਕੇਂਦਰ ਨੇ ਹੱਥ ਘੁੱਟਿਆ ਕਾਣ ਦੋਸਤੋ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਡੀਪੀ ਖਾਦ ਦੀ ਸਪਲਾਈ ਦੇਣ ਦੇ ਵਿੱਚ ਕੇਂਦਰ ਵੱਲੋਂ ਹੱਥ ਘੁੱਟਿਆ ਜਾ ਰਿਹਾ ਵਿਧਾਨ ਸਭਾ ਚੋਣਾਂ ਵਾਲੇ ਦਿਨਾਂ ਨੂੰ ਪੰਜਾਬ ਦੇ ਮੁਕਾਬਲੇ ਡੀਪੀ ਖਾਦ ਦੀ ਸਪਲਾਈ ਜਾਦਾ ਮਿਲ ਰਹੀ ਆ ਆਉਂਦੇ ਦਿਨਾਂ ਦੇ ਵਿੱਚ ਆ ਪੰਜਾਬ ਨੂੰ ਡੀਪੀ ਖਾਦ ਦੀ ਸਪਲਾਈ ਦੇ ਵਿੱਚ ਸੁਧਾਰ ਨਾ ਹੋਇਆ ਤਾਂ ਪੰਜਾਬ ਦੇ ਵਿੱਚ ਡੀਪੀ ਖਾਦ ਦਾ ਸੰਕਟ ਖੜਾ ਹੋ ਸਕਦਾ ਹੈ ਅਗਲੀ ਖਬਰ ਡੀਪੀ ਖਾਦ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਦੇ ਲਈ ਸਰਕਾਰ ਦਾ ਸਖਤ ਫੈਸਲਾ ਹਣ 80 ਫੀਸਦੀ ਸਰਕਾਰੀ ਸਬਾ ਵੇਚੇ ਕੀ ਖਾਦ ਦਾ ਕਿਸਾਨਾਂ ਨੇ ਦੱਸਿਆ ਡਰਾਮੇਬਾਜੀ ਤੁਹਾਨੂੰ ਉਸ ਤੋਂ ਕਣਕ ਦੀ ਬਜਾਈ ਤੋਂ ਪਹਿਲਾਂ ਡੀਪੀ ਖਾਦ ਦੀ ਕਾਲਾ ਬਜਾਰੀ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸਖਤ ਕਦਮ ਚੁੱਕੇ ਗਏ ਹਨ ਖੇਤੀਬਾੜੀ ਵਿਭਾਗ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਡੀਪੀ ਖਾਦ ਦੀ ਕਾਲਾ ਬਜਾਰੀ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਡੀਪੀ ਖਾਦ ਦੀ ਕਿਸਾਨਾਂ ਨੂੰ ਸਹੀ ਬਾਂਡਾ ਦੇਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਹੁਣ 80 ਫੀਸਦੀ ਸਹਿਕਾਰੀ ਸਵਾਮਾ ਤੇ 20% ਵਪਾਰੀਆਂ ਨੂੰ ਖਾਸ ਦਾ ਵੰਡਣ ਦੇ ਹਦਾਇਤ ਦਿੱਤੇ ਗਿਆ ਜਦੋਂ ਕਿ ਪਿਛਲੇ ਸਾਲ ਇਹ ਕੋਟਾ 60 ਅਤੇ 40% ਦੀ ਸੀ ਖੇਤੀਬਾੜੀ ਆਫਸਰ ਨੇ ਸਾਂਝੀ ਕੀਤੀ ਜਾਣਕਾਰੀ ਸਰਕਾਰ ਦੇ ਫੈਸਲੇ ਦੇ ਸਬੰਧ ਵਿੱਚ ਇਹ ਜਾਣਕਾਰ ਦਿੰਦੇ ਹੋਏ ਮੌខਾ ਖੇਤੀਬਾੜੀ ਆਫਸਰ ਡਾਕਟਰ ਹਸਨ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਅੰਦਰ ਹਾਰਦੀ ਦੇ ਸੀਜ਼ਨ ਮੁੱਖ ਰੱਖਦੇ ਆ ਕਿਸਾਨੋਂ ਡੀਏਪੀ ਅਤੇ ਜੂਰੀਆ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਘਾਟ ਨਹੀਂ ਹਣ ਦਿੱਤੇ ਜਾਵੇਗੇ ਉਹਨਾਂ ਦੱਸਿਆ ਕਿ ਹੜੀ ਦੇ ਸੀਜ਼ਨ ਦੇ ਲੋੜ ਦੇ ਅਨੁਸਾਰ ਜ਼ਿਲ੍ਹੇ ਦੇ ਵਿੱਚ ਡੀਐਪੀ ਅਤੇ ਜੂਰੀਆ ਦੇ ਰੈਕ ਲੱਗ ਰਹੇ ਹਨ ਮੁੱਖ ਖੇਤੀਬਾੜੀ ਆਪਸ਼ਨ ਇੱਕ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਸਰਨੀ ਫਸਲ ਦੇ ਲਈ ਡੀਐਪੀ ਦੀ ਥਾਂ ਐਸਐਸਪੀ ਖਾਦ ਦੇ ਵਰਤੋਂ ਕੀਤੀ ਜਾਵੇ ਤਾਂ ਜੋ ਤੇਲ ਦੀ ਵਧੀਆ ਕੁਆਲਿਟੀ ਮਿਲ ਸਕੇ ਇਸ ਤੋਂ ਇਲਾਵਾ ਡੀਐਪੀ ਦੀ ਜਗ੍ਹਾ ਐਨਪੀਕੇ 12 32 16 ਅਤੇ MAP ਨੂੰ ਵੀ ਕਣਕ ਦੇ ਫਸਲ ਦੇ ਵਿੱਚ ADP ਦੇ ਬਦਲ ਬਜੋਂ ਵਰਤਿਆ ਜਾ ਸਕਦਾ ਹੈ